ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖੀ ਹੋਈ ਬਾਣੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 46ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਸ੍ਰੀ ਰਾਗ ਮਹੱਲਾ 5 ਮਿਲ ਸਤਗੁਰ ਸਬਦੁਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਇਕਸ ਸਿਉ ਲਿਵ ਲਾਏ ਮਿਲ ਸਾਧੂ ਮੁਖ ਉਜਲਾ ਪੂਰਵ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਵਿਰਥਾ ਜਾਏ ਨਾ ਕੋਈ ਰਹਾਉ ਲਿਖਤੇ ਹਨ ਕਿ ਇੱਕ ਸੱਚੇ ਗੁਰੂ ਨੂੰ ਜਦੋਂ ਇਨਸਾਨ ਮਿਲ ਪੈਂਦਾ ਹੈ ਸੱਚੇ ਗੁਰੂ ਦੇ ਨਾਲ ਮਿਲਿਆ ਮਿਲਾਪ ਹੋ ਜਾਂਦਾ ਹੈ ਤਾਂ ਇਨਸਾਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਮਨ ਦੇ ਵਿੱਚ ਸੁੱਖਾਂ ਦਾ ਵਾਸਾ ਹੋ ਜਾਂਦਾ ਹੈ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜਦੋਂ ਇਨਸਾਨ ਦੀ ਸੁਰਤੀ ਜੁੜ ਜਾਂਦੀ ਹੈ ਤਾਂ ਮਨ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਂਦਾ ਹੈ ਗੁਰੂ ਨੂੰ ਮਿਲ ਕੇ ਇੱਕ ਅਜੀਹਾਂ ਆਤਮਿਕ ਜੀਵਨ ਦੀ ਉਤਪਤੀ ਬੰਦੇ ਦੇ ਮਨ ਦੇ ਅੰਦਰ ਇਨਸਾਨ ਦੇ ਮਨ ਦੇ ਅੰਦਰ ਹੁੰਦੀ ਹੈ ਕਿ ਉਸ ਦੀ ਰੌਣਕ ਉਸ ਦੇ ਚਿਹਰੇ ਉੱਪਰ ਵੀ ਨਜ਼ਰ ਆਉਂਦੀ ਹੈ ਉਹ ਆਤਮਿਕ ਜੀਵਨ ਦੀ ਲਾਲੀ ਮਨੁੱਖ ਦੇ ਚਿਹਰੇ ਤੋਂ ਸਾਫ਼ ਚਲਕਦੀ ਹੈ ਤੇ ਜਦੋਂ ਇਨਸਾਨ ਦਾ ਜਦੋਂ ਅੰਦਰਲਾ ਮਨ ਆਤਮਿਕ ਜੀਵਨ ਜਦੋਂ ਉਤਪੰਨ ਹੋ ਗਿਆ ਆਤਮਿਕ ਜੀਵਨ ਦੀ ਸ਼ੁਰੂਆਤ ਅੰਦਰ ਹੋ ਗਈ ਤਾਂ ਜਿਹੜੇ ਸਾਡੇ ਪਿਛਲੇ ਕਰਮਾਂ ਦੀਆਂ ਕੀਤੀਆਂ ਹੋਈਆਂ ਨੇਕ ਕਮਾਈਆਂ ਨੇ ਉਹਨਾਂ ਦਾ ਲੇਖ ਵੀ ਸਾਡੇ ਮੱਥਿਆਂ ਦੇ ਉੱਪਰ ਉਗੜ ਪੈਂਦਾ ਹੈ ਪਾਪ ਕੀ ਉਸ ਪਿਛਲੇ ਜਨਮਾਂ ਦੇ ਵਿੱਚ ਕੀਤੀ ਹੋਈ ਨੇਕ ਕਮਾਈ ਦਾ ਫਲ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਸਦਾ ਸਿਰ ਪ੍ਰਭੂ ਦੇ ਪਵਿੱਤਰ ਨਾਮ ਦੇ ਵਿੱਚ ਜਦੋਂ ਮਨੁੱਖ ਜੁੜਦਾ ਹੈ ਤਾਂ ਉਹ ਉਸ ਗੋਬਿੰਦ ਦੇ ਗੁਣ ਗਾਉਣ ਦੇ ਵਿੱਚ ਲੱਗਾ ਰਹਿੰਦਾ ਹੈ ਉਸ ਗੋਬਿੰਦ ਦੇ ਗੁਣ ਗਾਉਣ ਦੇ ਆਰੇ ਲੱਗਾ ਰਹਿੰਦਾ ਹੈ ਤਾਂ ਹੁਣ ਜੋ ਗੋਬਿੰਦ ਸ਼ਬਦ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਕਰਦੇ ਹੋਏ ਨਹੀਂ ਲਿਖਿਆ ਗਿਆ ਗੋਬਿੰਦ ਸ਼ਬਦ ਪਰਮਾਤਮਾ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਗਿਆ ਹੈ ਇਸੇ ਤਰ੍ਹਾਂ ਹੀ ਜਿੱਦਾਂ ਰਾਮ ਸ਼ਬਦ ਵੀ ਪ੍ਰਮਾਤਮਾ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਗਿਆ ਹੈ ਬਾਣੀ ਦੇ ਵਿੱਚ ਹੇ ਮੇਰੇ ਮਨ ਗੁਰੂ ਦੇ ਸ਼ਬਦ ਵਿੱਚ ਜਦੋਂ ਅਸੀਂ ਆਪਣੇ ਮਨ ਨੂੰ ਜੋੜ ਲੈਂਦੇ ਹਾਂ ਤਾਂ ਸਾਨੂੰ ਇੱਕ ਅਜੀਹਾ ਆਤਮਿਕ आनंद ਮਿਲਦਾ ਹੈ ਜਿਹੜਾ ਕਿ ਤੂੰ ਵੀ ਹੋਰ ਲਿਆ ਨਹੀਂ ਜਾ ਸਕਦਾ ਇਸ ਕਰਕੇ ਗੁਰੂ ਜੀ ਆਪਣੇ ਆਪ ਨੂੰ ਹੀ ਨਸੀਹਤ ਕਰ ਰਹੇ ਨੇ ਆਪਣੇ ਆਪ ਨੂੰ ਹੀ ਪ੍ਰੇਰਣਾ ਦੇ ਰਹੇ ਹਨ ਕਿ ਗੁਰੂ ਦੀ ਸੇਵਾ ਕਰਿਆ ਕਰ ਜੋ ਮਨੁੱਖ ਗੁਰੂ ਦੀ ਸੇਵਾ ਕਰਦਾ ਹੈ ਗੁਰੂ ਦੇ ਕਹੇ ਅਨੁਸਾਰ ਚੱਲਦਾ ਹੈ ਉਹ ਉਸ ਦੇ ਦਰ ਤੋਂ ਕਦੇ ਵੀ ਖਾਲੀ ਨਹੀਂ ਜਾਂਦਾ ਮਨ ਕੀਆ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰਜਾਮੀ ਸਦਾ ਸੰਗ ਕਰਨੈ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ দান ਇਸਨਾਨ ਕਾਮ ਕ੍ਰੋਧ ਲੋਭ ਵਿੰਸਿਆ ਤਜਿਆ ਸਭ ਅਭਿਮਾਨ ਅੱਗੇ ਫਿਰ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਕਹੇ ਅਨੁਸਾਰ ਚੱਲ ਕੇ ਜਿਹੜੇ ਮਨੁੱਖਾਂ ਨੂੰ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਪੈਂਦਾ ਹੈ ਉਹਨਾਂ ਦੇ ਮਨਾਂ ਦੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਦੁਨਿਆਵੀ ਵਾਸਨਾਵਾਂ ਪਿੱਛੇ ਭੱਜਣਾ ਬੰਦ ਕਰ ਦਿੰਦੇ ਹਨ ਉਹ ਜੋ ਪਰਮਾਤਮਾ ਹਰੇਕ ਇਨਸਾਨ ਦੇ ਦਿਲ ਦੀ ਗੱਲ ਜਾਣਦਾ ਹੈ ਜਿਨ੍ਹਾਂ ਮਨੁੱਖਾਂ ਨੂੰ ਉਹ ਪਰਮਾਤਮਾ ਦਾ ਨਾਮ ਖਜ਼ਾਨਾ ਲੱਭ ਪੈਂਦਾ ਹੈ ਉਹਨਾਂ ਨੂੰ ਉਹ ਪਰਮਾਤਮਾ ਹਮੇਸ਼ਾ ਉਹਨਾਂ ਦੇ ਅੰਗ ਸੰਗ ਦਿਖਾਈ ਦਿੰਦਾ ਹੈ ਹਮੇਸ਼ਾ ਉਹਨਾਂ ਨੂੰ ਉਹਨਾਂ ਦਾ ਮਿੱਤਰ ਦੀ ਤਰ੍ਹਾਂ ਜਾਪਦਾ ਹੈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ ਦੂਜਿਆਂ ਦੀ ਸੇਵਾ ਕਰਕੇ ਪਵਿੱਤਰ ਆਚਰਣ ਬਣਾ ਕੇ ਅਜਿਹੇ ਇਨਸਾਨਾਂ ਦਾ ਮੂੰਹ ਚਮਕ ਉੱਠਦਾ ਹੈ ਉਹਨਾਂ ਦੇ ਅੰਦਰੋਂ ਕਾਮ, ਕ੍ਰੋਧ, ਲੋਭ ਵਗੈਰਾ ਜਿਹੜੇ ਵਿਕਾਰ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਹੰਕਾਰ ਵੀ ਅਜਿਹੇ ਮਨੁੱਖ ਆਪਣੇ ਆਪ ਹੀ ਛੱਡ ਦਿੰਦੇ ਹਨ ਪਾਇਆ ਲਾਹਾ ਲਾਬਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆਂ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਹਿਚਾਨ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ અપਾਰ ਪਾਰ ਬ੍ਰਹਮ ਸੁਖ 사ਗਰੋ ਨਾਨਕ ਸਦ ਬਲਿਹਾਰ ਕਹਿੰਦੇ ਕੀ ਪ੍ਰਮਾਤਮਾ ਨੇ ਆਪ ਕਿਰ ਕਿਰਪਾ ਕਰਕੇ ਜਿਹੜੇ ਮਨੁੱਖ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਤੇ ਜਿਸ ਨੂੰ ਆਪਣਾ ਨਾਮ ਬਖਸ਼ਿਆ ਉਸ ਨੇ ਅਜਿਹੇ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਣਜ ਵਪਾਰ ਦੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਲਾਭ ਦੇ ਤੌਰ ਤੇ ਹਾਸਲ ਕਰ ਲਿਆ ਤਾਂ ਅਜਿਹੇ ਮਨੁੱਖ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਤ੍ਰਿਸ਼ਨਾਵਾਂ ਦੇ ਪਿੱਛੇ ਲੱਗ ਕੇ ਜਿਹੜੀ ਜ਼ਿੰਦਗੀ ਦੀ ਭੱਜ ਦੌੜ ਹੈ ਉਹ ਖਤਮ ਹੋ ਜਾਂਦੀ ਹੈ ਜਿਸ ਮਨੁੱਖ ਉੱਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਗੁਰੂ ਦਾ ਸ਼ਬਦ ਉਸ ਮਨੁੱਖ ਦਾ ਜੀਵਨ ਸਾਥੀ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਸ ਮਨੁੱਖ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ ਜਿਸ ਨੂੰ ਕਿ ਉਹ ਆਪਣਾ ਆਤਮਿਕ ਘਰ ਬਣਾ ਲੈਂਦਾ ਹੈ ਆਪਣੀ ਕਿਰਪਾ ਕਰਕੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਾਮ, ਕ੍ਰੋਧ, ਲੋਭ ਆਦਿ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਤੇ ਜਿਹੜੇ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ, ਉਹਨਾਂ ਦੇ ਮੂਹ ਲੋਕ ਅਤੇ ਪ੍ਰਲੋਕ ਦੋਵਾਂ ਥਾਵਾਂ ਤੇ ਰੋਸ਼ਨ ਰਹਿੰਦੇ ਹਨ। ਉਹਨਾਂ ਦੇ ਚਿਹਰਿਆਂ ਦੇ ਉੱਤੇ ਉਹੀ ਖੁਸ਼ੀ, ਉਹੀ ਆਨੰਦ ਅਤੇ ਉਹੀ ਸਥਿਰਤਾ ਰਹਿੰਦੀ ਹੈ। ਬੇਸ਼ੱਕ ਉਹ ਇੱਕ ਚੰਗੇ ਸਮੇਂ ਦੇ ਵਿੱਚੋਂ ਲੰਘ ਰਹੇ ਹੋਣ ਜਾਂ ਫਿਰ ਕਿਸੇ ਮੁਸੀਬਤ ਦੇ ਨਾਲ ਜੂਝ ਰਹੇ ਹੋਣ। ਮਨ ਦੇ ਵਿੱਚ ਇੰਨੀ ਕਿ ਪਰਪੱਕਤਾ ਆ ਜਾਂਦੀ ਹੈ ਕਿ ਸਾਨੂੰ ਮੁਸੀਬਤ ਵੀ ਮੁਸੀਬਤ ਨਹੀਂ ਲੱਗਦੀ। ਸ੍ਰੀ ਰਾਗ ਮਹੱਲਾ 5 ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅਮਰਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ। ਇਨ੍ਹਾਂ ਪੰਕਤੀਆਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਹਨ ਕਿ ਆਪਣੀ ਮਿਹਰ ਕਰਕੇ हे ਪ੍ਰਮਾਤਮਾ ਮੈਨੂੰ ਇੱਕ ਗੁਰੂ ਮਿਲਾ ਦੇ ਮੈਨੂੰ ਇੱਕ ਆਤਮਿਕ ਜੀਵਨ ਦੇਣ ਵਾਲਾ ਗੁਰੂ ਮਿਲਾ ਦੇ ਜਿਸ ਦੇ ਚਰਨਾਂ 'ਤੇ ਲੱਗ ਕੇ ਕੀ ਮੈਂ ਤੇਰਾ ਨਾਮ ਹਾਸਲ ਕਰ ਸਕਾਂ ਮੈਂ ਉਸ ਪ੍ਰਮਾਤਮਾ ਦਾ ਗਿਆਨ ਹਾਸਲ ਕਰ ਸਕਾਂ ਕਿਉਂਕਿ ਉਹ ਗਿਆਨ ਹੀ ਹੈ ਜਿਹੜਾ ਮੈਨੂੰ ਜਨਮ ਮਰਨ ਦੇ ਬੰਧਨਾਂ ਦੇ ਵਿੱਚੋਂ ਛੁਡਾ ਸਕਦਾ ਹੈ ਮੈਨੂੰ ਆਤਮਿਕ ਅਡੋਲਤਾ ਪ੍ਰਦਾਨ ਕਰ ਸਕਦਾ ਹੈ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਲਿਖਦੇ ਹਨ ਕਿ हे ਮੇਰੇ ਮਨ ਉਸ ਪ੍ਰਮਾਤਮਾ ਦੀ ਸ਼ਰਨ ਪੈ ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਹੈ ਤੇਰਾ ਇਸ ਦੁਨੀਆ ਦੇ ਉੱਪਰ ਇਸ ਕਰਕੇ ਸਦਾ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਕੀਮਤ ਕਹਿਨ ਨਾ ਜਾਈਐ ਸਾਗਰ ਗੁਣੀ ਅਥਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾ ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤਸ਼ਾਹ ਇਨ੍ਹਾਂ ਪੰਕਤੀਆਂ ਦੇ ਵਿੱਚ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੋ ਪ੍ਰਮਾਤਮਾ ਹੈ ਉਹ ਸਾਰੇ ਹੀ ਗੁਨਾ ਦਾ ਸਮੁੰਦਰ ਹੈ ਇੱਕ ਐਸਾ ਸਮੁੰਦਰ ਹੈ ਜਿਸ ਦੀ ਡੂੰਘਾਈ ਨੂੰ ਅਸੀਂ ਨਾਪ ਨਹੀਂ ਸਕਦੇ ਉਸ ਪ੍ਰਮਾਤਮਾ ਨੂੰ ਅਸੀਂ ਕਿਸੇ ਵੀ ਚੀਜ਼ ਦੇ ਵੱਟੇ ਖਰੀਦ ਨਹੀਂ ਸਕਦੇ ਉਹਦਾ ਮੁੱਲ ਤੈ ਨਹੀਂ ਕਰ ਸਕਦੇ ਕਿਉਂਕਿ ਉਹ ਇੱਕ ਬਹੁਤ ਹੀ ਅਨਮੁੱਲੀ ਸ਼ਕਤੀ ਹੈ ਹੇ ਮੇਰੇ ਮਨ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਸੌਦਾ ਖਰੀਦ ਸਾਧ ਸੰਗਤ ਦੇ ਵਿੱਚ ਜੁੜ ਕੇ ਇਹ ਜਾਂਚ ਇਹ ਤਰੀਕਾ ਸਿੱਖ ਕਿ ਉਸ ਪਰਮਾਤਮਾ ਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ ਜਿਹੜਾ ਕਿ ਦੁਨੀਆਂ ਦੇ ਸ਼ਾਹਾਂ ਦੇ ਸਿਰ ਉੱਤੇ ਵੀ ਪਾਤਸ਼ਾਹ ਹੈ ਜਿਹੜਾ ਕਿ ਵੱਡੇ ਵੱਡੇ ਬਾਦਸ਼ਾਹਾਂ ਤੋਂ ਵੀ ਉੱਪਰ ਹੈ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰਾ ਤਾਣ ਰਹਾਉ ਨਿਮਾਣਿਆ ਪ੍ਰਭ ਮਾਨ ਤੂੰ ਤੇਰਾ ਸੰਗ ਸਮਾਓ ਹਰ ਜਪੀਐ ਆਰਾਧੀਐ ਆਠ ਪਹਿਰ ਗੋਵਿੰਦ ਜੀ ਪ੍ਰਾਨ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁਖ ਉਤਾਰਿਐਨ ਪ੍ਰਭ ਪਾਰ ਬ੍ਰਹਮ ਬਖਸਿੰਦ ਏ ਪਾਰ ਬ੍ਰਹਮ ਕਹਿੰਦੇ ਮੈਨੂੰ ਤੇਰੇ ਹੀ ਸੋਹਣੇ ਚਰਨਾਂ ਦਾ ਆਸਰਾ ਹੈ ਤੇਰੇ ਤੋਂ ਬਿਨਾ ਹੋਰ ਕੋਈ ਵੀ ਮੇਰੀ ਥਾਂ ਨਹੀਂ ਹੈ ਮੈਨੂੰ ਤੇਰਾ ਹੀ ਆਸਰਾ ਹੈ ਤੇਰੀ ਹੀ ਓਟ ਹੈ ਤੇਰੇ ਹੀ ਦਿੱਤੇ ਹੋਏ ਬਲ ਦੇ ਨਾਲ ਮੈਂ ਜਿਉਂਦਾ ਹਾਂ ਜਿਨ੍ਹਾਂ ਨੂੰ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਮਨੁੱਖਾਂ ਨੂੰ ਕੋਈ ਵੀ ਹੋਰ ਆਦਰ ਮਾਨ ਨਹੀਂ ਦਿੰਦਾ ਤੂੰ ਉਹਨਾਂ ਦਾ ਵੀ ਮਾਨ ਹੈ ਉਹਨਾਂ ਦੇ ਵੀ ਮਾਣ ਦਾ ਸਾਧਨ ਹੈ ਮੇਰੇ ਉੱਪਰ ਮਿਹਰ ਕਰਕੇ ਮੈਂ ਤੇਰੇ ਚਰਨਾਂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਹੀ ਲੀਨ ਰਹਾ ਹੈ ਮੇਰੇ ਮਨ ਅਠੇ ਪਹਿਰ ਪ੍ਰਮਾਤਮਾ ਦਾ ਨਾਮ ਜਪਣਾ ਚਾਹੁੰਦਾ ਹੈ ਗੋਵਿੰਦ ਨੂੰ ਅਰਾਧਨਾ ਚਾਹੁੰਦਾ ਹੈ ਪ੍ਰਮਾਤਮਾ ਸ਼ਰਨ ਆਏ ਜੀਵਾਂ ਦੇ ਪ੍ਰਾਣਾਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਉਹਨਾਂ ਦੇ ਨਾਮ ਧੰ ਦੀ ਰਾਖੀ ਕਰਦਾ ਹੈ ਤੇ ਨਾਲ ਹੀ ਜੇਕਰ ਕਿਸੇ انسان ਦਾ ਮਨ ਭਟਕ ਵੀ ਜਾਂਦਾ ਹੈ ਵਿਕਾਰਾਂ ਵੱਲ ਨੂੰ ਤੁਰ ਵੀ ਪੈਂਦਾ ਹੈ ਤਾਂ ਇਹ ਪ੍ਰਮਾਤਮਾ ਬਖਸ਼ਣਹਾਰ ਵੀ ਹੈ ਉਹ ਸਰਨ ਆਏ ਲੋਕਾਂ ਦੇ ਜਿਹੜੇ ਲੋਕ ਗਲਤ ਰਾਹ ਤੋਂ ਚੱਲ ਕੇ ਉਸ ਪ੍ਰਮਾਤਮਾ ਦੇ ਰਾਹ ਪੈ ਜਾਂਦੇ ਹਨ ਤੇ ਆਖਿਰਕਾਰ ਉਸ ਪ੍ਰਮਾਤਮਾ ਦੇ ਚਰਨੀ ਜੁੜ ਜਾਂਦੇ ਹਨ ਤਾਂ ਉਹ ਪ੍ਰਮਾਤਮਾ ਉਹਨਾਂ ਦੇ ਕੀਤੇ ਹੋਏ ਪਾਪਾਂ ਨੂੰ ਬਖਸ਼ ਵੀ ਦਿੰਦਾ ਹੈ ਸ੍ਰੀ ਰਾਗ ਮਹੱਲਾ 5ਵਾਂ ਪ੍ਰੀਤ ਲਗੀ ਤਿਸ ਸੱਚ ਸਿਓ ਮਰੈ ਨ ਆਵੈ ਜਾਏ ਨਾ ਵਿਛੋੜਿਆ ਵਿਛੜੈ ਸਭ ਮੈਂ ਰਹਾ ਸਮਾਏ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਪਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨ ਦੀਸੈ ਕੋਇ ਰਹਾਓ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਪੰਕਤੀਆਂ ਲਿਖਣ ਦੇ ਵੇਲੇ ਗੁਰੂ ਜੀ ਆਪਣੀ ਮਾਤਾ ਜੀ ਨਾਲ ਗੱਲ ਕਰ ਰਹੇ ਹੋਣ ਤੇ ਕਹਿੰਦੇ ਹਨ ਕਿ हे ਮੇਰੀ ਮਾਂ ਮੇਰੀ ਪ੍ਰੀਤ ਹੁਣ ਸਦਾ ਸਿਰ ਰਹਿਣ ਵਾਲੇ ਉਸ ਪਰਮਾਤਮਾ ਦੇ ਨਾਲ ਲੱਗ ਗਈ ਹੈ ਜੋ ਕਦੇ ਵੀ ਮਰਦਾ ਨਹੀਂ ਹੈ ਕਦੇ ਵੀ ਜਮਦਾ ਨਹੀਂ ਹੈ ਆਪਣੀ ਸਿੱਖ ਫਲਸਫੀ ਅਤੇ Hindu ਫਲਸਫੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹੀ ਫਰਕ ਹੈ ਕਿ Hindu ਫਲਸਫੀ ਦੇ ਵਿੱਚ ਜਾਂ Hindu ਧਰਮ ਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਜੋ ਪ੍ਰਮਾਤਮਾ ਹੈ ਉਹ बार-बार ਜੰਮਦਾ ਹੈ ਕਦੇ ਉਹ ਸ਼ਿਵ ਦਾ ਰੂਪ ਲੈ ਕੇ ਜੰਮਦਾ ਹੈ ਕਦੇ ਵਿਸ਼ਨੂੰ ਦਾ ਰੂਪ ਲੈ ਕੇ ਜੰਮਦਾ ਹੈ ਇਸੇ ਤਰ੍ਹਾਂ ਹੀ ਕਿ ਕਈ ਪ੍ਰਮਾਤਮਾ ਦੇ ਜਿਹੜੇ ਕਈ અવਤਾਰ ਨੇ ਬਲਕਿ ਸਿੱਖ ਫਲਸਫੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਤੋਂ ਹੀ ਇਹ ਗੱਲ ਜ਼ਾਹਿਰ ਕੀਤੀ ਹੈ ਕਿ ਜੋ ਪ੍ਰਮਾਤਮਾ ਹੈ ਨਾ ਤੇ ਉਹਦਾ ਕੋਈ ਆਕਾਰ ਹੈ ਨਾ ਉਹਦਾ ਕੋਈ ਰੂਪ ਹੈ ਨਾ ਉਹ ਜੰਮਦਾ ਹੈ ਤੇ ਨਾ ਹੀ ਉਹ ਮਰਦਾ ਹੈ ਤਾਂ ਵੱਖ-ਵੱਖ અવਤਾਰਾਂ ਦੇ ਵਿੱਚ ਪੈਦਾ ਹੋਣਾ ਉਸ ਚੀਜ਼ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਵਾਪਸ ਆਉਂਦੇ ਹਾਂ ਇਹਨਾਂ ਪੰਕਤੀਆਂ ਦੇ ਉੱਪਰ ਤੇ ਕਹਿੰਦੇ ਹਨ ਕਿ ਉਹ ਜੋ ਪ੍ਰਮਾਤਮਾ ਦੇ ਨਾਲ ਮੇਰੀ ਪ੍ਰੀਤ ਜੁੜ ਗਈ ਹੈ ਉਹ ਵਿਛੋੜਿਆ ਵਿਛੜਦਾ ਵੀ ਨਹੀਂ ਹੈ ਉਹ ਪ੍ਰਮਾਤਮਾ ਸਾਰੇ ਜੀਵਾਂ ਦੇ ਵਿੱਚ ਸਮਾ ਰਿਹਾ ਹੈ ਗਰੀਬਾਂ ਦੇ ਦਰਦ ਦੁੱਖ ਨਾਸ਼ ਕਰਨ ਵਾਲਾ ਉਹ ਸੇਵਕ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ ਕਿਸੇ ਵੀ ਮਨੁੱਖ ਨੂੰ ਜੇਕਰ ਕੋਈ ਪ੍ਰਮਾਤਮਾ ਮਿਲਦਾ ਹੈ ਤਾਂ ਉਹਦੀ ਭਲੀ ਭਾਵਨਾ ਦੇ ਨਾਲ ਮਿਲਦਾ ਹੈ ਸਵਾਰਥ ਵਾਲੀ ਭਾਵਨਾ ਦੇ ਨਾਲ ਨਹੀਂ ਮਿਲਦਾ ਹੈ ਉਸ ਪ੍ਰਭੂ ਦਾ ਕਹਿੰਦੇ ਸੁੰਦਰ ਰੂਪ ਹੈ ਕਿਸੇ ਵੀ ਪ੍ਰਕਾਰ ਦੀ ਮਾਇਆ ਦਾ ਉਸ ਉੱਪਰ ਕੋਈ ਵੀ ਪ੍ਰਭਾਵ ਨਹੀਂ ਪੈਂਦਾ हे ਮੇਰੀ ਮਾਏ ਮੈਨੂੰ ਉਹ ਪ੍ਰਮਾਤਮਾ ਮੇਰੇ ਗੁਰੂ ਨੇ ਮਿਲਾ ਦਿੱਤਾ ਹੈ ਅੱਗੇ ਆਪਣੀ ਸਾਧ ਸੰਗਤ ਨੂੰ ਨਸੀਹਤ ਕਰਦੇ ਹੋਏ ਕਹਿੰਦੇ ਹਨ ਕਿ हे ਭਾਈ ਤੂੰ ਵੀ ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ ਮਾਇਆ ਦਾ ਮੋਹ ਮਾਇਆ ਦੀ ਪ੍ਰੀਤ ਫਟਕਾਰ ਜੋਗ ਹੈ ਇਸ ਨੂੰ ਛੱਡ ਦੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਕੋਈ ਵੀ ਬੰਦਾ ਸੁਖੀ ਨਹੀਂ ਦਿਸਦਾ ਦਾਣਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਵਿਰਧ ਨਾ ਜਾਣੀਐ ਨਹਿ ਚਲ ਤਿਸ ਦਰਬਾਰ ਜੋ ਮੰਗਿਆ ਸੋਈ ਪਾਈਐ ਨਿਧਾਰਾ ਆਧਾਰ 헤 ਭਾਈ ਉਹ ਪ੍ਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਸਭ ਨੂੰ ਦਾਤਾਂ ਦੇਣ ਵਾਲਾ ਹੈ ਮਿੱਠੇ ਸੁਭਾਅ ਵਾਲਾ ਹੈ ਪਵਿੱਤਰ ਸਰੂਪ ਹੈ ਬੇਅੰਤ ਸੋਹਣੇ ਰੂਪ ਵਾਲਾ ਹੈ ਉਹੀ ਸਭ ਤੋਂ ਵੱਡਾ ਮਿੱਤਰ ਹੈ ਤੇ ਸਹਾਇਤਾ ਕਰਨ ਵਾਲਾ ਹੈ ਉੱਚਾ ਹੈ ਵੱਡਾ ਹੈ ਬੇਅੰਤ ਹੈ ਤਾਂ ਇੱਕ ਹੀ ਪੰਕਤੀ ਦੇ ਵਿੱਚ ਉਸ ਪ੍ਰਮਾਤਮਾ ਦੀਆਂ ਕਿੰਨੀਆਂ ਹੀ ਸਿਫਤਾਂ ਗੁਰੂ ਜੀ ਨੇ ਕਰ ਦਿੱਤੀਆਂ ਤੇ ਅੱਗੇ ਕਹਿੰਦੇ ਹਨ ਕਿ ਨਾ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ ਨਾ ਕਦੇ ਬੁੱਢਾ ਹੁੰਦਾ ਹੈ ਜੋ ਦੁਨਿਆਵੀ ਇਨਸਾਨਾਂ ਤੇ ਜੋ ਸਥਿਤੀਆਂ ਲਾਗੂ ਹੁੰਦੀਆਂ ਹਨ ਉਹ ਉਸ ਪਰਮਾਤਮਾ ਤੇ ਲਾਗੂ ਨਹੀਂ ਹੁੰਦੀਆਂ ਉਸ ਪਰਮਾਤਮਾ ਦਾ ਦਰਬਾਰ ਸਦਾ ਹੀ ਅਟੱਲ ਹੈ ਉਹ ਯੁੱਗਾਂ-ਯੁੱਗਾਂ ਤੋਂ ਅਟੱਲ ਹੈ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਉਹ ਪਰਮਾਤਮਾ ਸੀ ਅਤੇ ਜਦੋਂ ਕੁਝ ਨਹੀਂ ਵੀ ਹੋਵੇਗਾ ਉਦੋਂ ਵੀ ਉਹ ਪਰਮਾਤਮਾ ਹੋਏਗਾ ਜਿਸ ਸਪੇਖਤ ਕਿਲਵਿਖ ਹਿਰੇ ਮਨ ਤਨ ਹੋਵੈ ਸ਼ਾਂਤ ਇਕ ਮਨ ਏਕ ਧਾਈ ਐ ਮਨ ਕੀ ਲਾਹੇ ਪ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾਕੇ ਦਾਤ ਸਦਾ ਸਦਾ ਆਰਾਧੀ ਐ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੂਰਵ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਗੋ ਸਗਲ ਵਾਰੀਆ ਇਹ ਜਿੰਦ ਦੇਖਾ ਸੁਣਾ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਵਖਸਿੰਦ ਜਿਹੜੇ ਪ੍ਰਮਾਤਮਾ ਦਾਏ ਦਰਸ਼ਨ ਕੀਤੇਆਂ ਹੀ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਮਨ ਅਤੇ ਸਰੀਰ ਦੇ ਵਿੱਚ ਆਤਮਕ ਠੰਡ ਪੈ ਜਾਂਦੀ ਹੈ ਆਪਣਾ ਮਨ ਮਾਇਆ ਦੀ ਭਟਕਣਾ ਤੋਂ ਹਟ ਜਾਂਦਾ ਹੈ ਤਾਂ ਅਜਿਹੀ ਪ੍ਰਮਾਤਮਾ ਨੂੰ ਮਨ ਲਾ ਕੇ ਪੂਰੇ ਤਨ ਮਨ ਦੇ ਨਾਲ ਸਿਮਰਨਾ ਚਾਹੀਦਾ ਹੈ ਜਿਸ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਕਦੇ ਮੁਕਦੀ ਨਹੀਂ ਜੋ ਦਾਤਾਂ ਦੇਣ ਵਾਲਾ ਸਦਾ ਨਵਾਂ ਰਹਿੰਦਾ ਹੈ ਭਾਵ ਜੋ ਕੀ ਕਦੇ ਵੀ ਸਾਨੂੰ ਦੇ ਦੇ ਕੇ ਦਾਤਾਂ ਦੇ ਦੇ ਕੇ ਵਕਸ਼ਸ਼ਾਂ ਕਰ ਕਰਕੇ ਅਕਦਾ ਨਹੀਂ ਹੈ ਸਾਰੇ ਗੁਣਾ ਦਾ ਖਜ਼ਾਨਾ ਹੈ ਸਦਾ ਹੀ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਦਿਨ ਵੇਲੇ ਰਾਤ ਵੇਲੇ ਹਰ ਵੇਲੇ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਦੇ ਵੀ ਉਹ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ ਤੇ ਗੁਰੂ ਜੀ ਕਹਿੰਦੇ ਹਨ ਕਿ ਮੈਂ ਉਸ ਪ੍ਰਮਾਤਮਾ ਤੋਂ ਇੰਨਾ ਪ੍ਰਭਾਵਿਤ ਹਾਂ ਕਿ ਉਸ ਦੇ ਦਰਸ਼ਨ ਕਰਨ ਦੇ ਲਈ ਉਸ ਨੂੰ ਆਪਣਾ ਮਿੱਤਰ ਬਣਾਉਣ ਦੇ ਲਈ ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਤਨ ਸਭ ਕੁਝ ਅਰਪਣ ਕਰਨ ਨੂੰ ਤਿਆਰ ਹਾਂ ਬਦਲੇ ਵਿੱਚ ਕਿ ਮੈਨੂੰ ਉਸ ਪ੍ਰਮਾਤਮਾ ਦਾ ਪ੍ਰੇਮ ਮਿਲ ਜਾਵੇ ਉਸ ਪ੍ਰਮਾਤਮਾ ਦਾ ਚਰਣਾ ਦੇ ਵਿੱਚ ਮੈਨੂੰ ਜਗ੍ਹਾ ਮਿਲ ਜਾਵੇ ਉਸ ਪ੍ਰਮਾਤਮਾ ਦੇ ਚਰਣਾ ਦੇ ਵਿੱਚ ਜਿਹੜਾ ਕੀ ਉਨ੍ਹਾਂ ਦੇ ਪਾਪਾਂ ਨੂੰ ਵੀ ਬਖਸ਼ ਦਿੰਦਾ ਹੈ ਜਿਹੜੇ ਲੋਕ ਉਸਤੇ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਭੁਲਾ ਦਿੰਦੇ ਹਨ ਜਿਹੜੇ ਲੋਕ ਇੰਨੇ ਕੁ ਸਵਾਰਥੀ ਹੋ ਜਾਂਦੇ ਹਨ ਕਿ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਤੁੱਛ ਸਮਝਦੇ ਹਨ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 46ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਇਸ ਅੰਗ ਦੇ ਵਿੱਚ ਵੀ ਉਸ ਪਰਮਾਤਮਾ ਦੀਆਂ ਸਿਫਤ ਸਲਾਹਾਂ ਕੀਤੀਆਂ ਗਈਆਂ ਹਨ ਉਸ ਪਰਮਾਤਮਾ ਦਾ ਨਾਮ ਸਿਮਰਨ ਦੇ ਲਈ ਪ੍ਰੇਰਣ ਪ੍ਰੇਰਿਤ ਕੀਤਾ ਗਿਆ ਹੈ ਸਾਨੂੰ ਅਤੇ ਉਸ ਪਰਮਾਤਮਾ ਦੇ ਨਾਲ ਜੁੜਨ ਦੇ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ ਵੀਡੀਓ ਨੂੰ ਥੋੜਾ ਛੋਟਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਰ-ਬਾਰ ਉਹੀ ਗੱਲਾਂ ਆ ਰਹੀਆਂ ਹਨ ਤਾਂ ਉਹਨਾਂ ਨੂੰ ਬਾਰੀ-ਬਾਰੀ ਆਪਾਂ ਬਹੁਤਾ ਐਕਸਪਲੇਨ ਨਾ ਕਰੀਏ ਆਈ ਥਿੰਕ ਇਹ ਬਿਹਤਰ ਗੱਲ ਹੈ ਤਾਂਕਿ ਅਸੀਂ ਛੇਤੀ-ਛੇਤੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗ੍ਰਹਿਣ ਕਰ ਸਕੀਏ ਕਿਉਂਕਿ ਅੱਗੇ-ਅੱਗੇ ਚਲਦੇ ਹੋਏ ਬਹੁਤ ਹੀ ਇੰਟਰਸਟਿੰਗ ਗੱਲਾਂ ਸਾਡੇ ਸਾਹਮਣੇ ਆਉਣਗੀਆਂ ਗੁਰੂ ਜੀ ਦੀਆਂ ਸਾਡੇ ਗੁਰੂਆਂ ਦੀਆਂ ਲਿਖੀਆਂ ਹੋਈਆਂ ਸਾਡੇ ਸੂਫੀ ਭਗਤਾਂ ਦੀਆਂ ਲਿਖੀਆਂ ਹੋਈਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜਿਨ੍ਹਾਂ ਨੇ ਕੀ ਵੱਖ-ਵੱਖ ਪਹਿਲੂਆਂ ਦੇ ਉੱਪਰ ਉਸ ਸਮੇਂ ਦੇ ਹਾਲਾਤਾਂ ਦੇ ਉੱਪਰ ਗੱਲਾਂ ਕੀਤੀਆਂ ਗਈਆਂ ਹਨ ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ